ਸਤਿ ਸ਼੍ਰੀ ਅਕਾਲ ਜੀ ਮੈਂ ਹਰਦੀਪ ਗਰੇਵਾਲ ਸਤਿ ਸ਼੍ਰੀ ਅਕਾਲ ਜੀ ਮੈਂ ਤਰਸੇਮ ਜੱਸਦ ਮੈਂ ਹੈਰੀ ਪੱਟੀ ਵਿਹਲੀ ਜਨਤਾ ਫਿਲਮਸ ਤੋਂ ਮੇਰੀ ਡੈਬਿਊ ਐਲਬਮ ਜੋ ਕਿ ਵਿਹਲੀ ਜਨਤਾ ਰਿਕਾਰਡਸ ਤੋਂ ਬਹੁਤ ਜਲਦ ਮਾਰਕੀਟ ਵਿੱਚ ਆ ਰਹੀ ਹੈ ਠੋਕਰ ਗਾਣਾ ਜਿਹੜਾ ਪਹਿਲਾਂ ਵੀਡੀਓ ਲਈ ਸਿਲੈਕਟ ਕੀਤਾ ਠੋਕਰੀ ਠੋਕਰੀ ਖਾ ਕੇ ਉੱਠੀਏ ਬੱਲਿਆ ਪੈਰ ਪਿੱਛੇ ਨਾ ਪੁੱਟੀਏ ਠੋਕਰ ਦੀ ਵੀਡੀਓ ਦਾ ਜਿਹੜਾ ਕਨਸੈਪਟ ਅਸੀਂ ਫਾਈਨਲਾਈਜ਼ ਕੀਤਾ ਇਹ ਇੱਕ ਗੀਤ ਨਹੀਂ ਹੈਗਾ ਬੇਸਿਕਲੀ ਇਹ ਇੱਕ ਬਹੁਤ ਤਕੜਾ ਮੈਸੇਜ ਆ ਇੱਕ ਆਪਾਂ ਨਵਾਂ ਕਨਸੈਪਟ ਲੈ ਕੇ ਆ ਰਹੇ ਹਾਂ ਸਪੈਸ਼ਲੀ ਉਹਨਾਂ ਲਈ ਜੋ ਸਟਰਗਲਰ ਹੈਗੇ ਆ ਉਹ ਬਿਲਕੁਲ ਮਤਲਬ ਆਪਣੇ ਮੋਟੀਵੇਸ਼ਨ ਖੋ ਚੁੱਕੀ ਆ ਤੇ ਇੱਕ ਟਾਈਮ ਆਉਂਦਾ ਜਦੋਂ ਉਹ ਡੀਮੋਟੀਵੇਟ ਹੋ ਜਾਂਦਾ ਠੋਕਰੀ ਠੋਕਰੀ ਖਾ ਕੇ ਉੱਠੀਏ ਬੱਲਿਆ ਪੈਰ ਪਿੱਛੇ ਨਾ ਪੁੱਟੀਏ ਸਭ ਤੋਂ ਪਹਿਲਾਂ ਜਦੋਂ ਇਹ ਗਾਣਾ ਸੁਣਿਆ ਤਾਂ ਯਾਰ ਆਪਣੇ ਆਪ 'ਚ ਗਾਣਾ ਹੀ ਇੱਕ ਕਨਸੈਪਟ ਆ ਬਹੁਤ ਵੱਡਾ ਕਨਸੈਪਟ ਆ ਜਿਹਨੂੰ ਅਸੀਂ ਕਿਸੇ ਵੀਡੀਓ 'ਚ ਨਹੀਂ ਪਰੋ ਸਕਦੇ ਚਾਰ ਜਾਂ ਪੰਜ ਕਨਸੈਪਟ ਡਿਸਕਸ ਕੀਤੇ ਪਰ ਕਦੇ ਕਿਸੇ ਨੂੰ ਕੋਈ ਪਸੰਦ ਆ ਜਾਂਦਾ ਸੀ ਕਿਸੇ ਨੂੰ ਨਹੀਂ ਪਸੰਦ ਆਉਂਦਾ ਸੀਗਾ ਪਰ ਸਾਨੂੰ ਆਪਸੀ ਕੋਈ ਸਕੂਨ ਸ਼ਾਂਤੀ ਨਹੀਂ ਸੀ ਫਿਰ ਪੂਰੀ ਟੀਮ ਨੇ ਮਿਲ ਕੇ ਡਿਸਾਈਡ ਕੀਤਾ ਵੀ ਕੋਈ ਇੱਦਾਂ ਦੀ ਚੀਜ਼ ਬਣਾਈ ਜਾਵੇ ਜਿਹੜੀ ਪੰਜਾਬ ਦੇ ਵਿੱਚ ਨਾ ਹੋਈ ਹੋਵੇ ਟ੍ਰਿਪ ਇਹ ਸੀ ਕਿ ਅਸੀਂ ਬਾਡੀ ਟ੍ਰਾਂਸਫੋਰਮੇਸ਼ਨ ਸ਼ੋ ਕਰਨੀ ਸੀ ਇੱਕ ਬੰਦੇ ਦੀ ਵਿਹਲੀ ਜਨਤਾ ਫਿਲਮ ਲਈ ਇੱਕ ਮਾਣ ਦੀ ਗੱਲ ਹੈ ਕਿ ਸਾਡੇ ਕੋਲ ਜਿੰਨੇ ਵੀ ਆਰਟਿਸਟ ਆਉਂਦੇ ਆ ਉਹਦੀ ਸੋਚ ਆਮ ਲੋਕਾਂ ਨੂੰ ਬਹੁਤ ਹੱਥ ਕੇ ਹੁੰਦਾ ਬਹੁਤ ਜ਼ਿਆਦਾ ਕਮਰਸ਼ੀਅਲ ਨਹੀਂ ਹੁੰਦੇ ਮੇਰੇ ਲਈ ਇੱਕ ਵੀਡੀਓ ਇਹ ਕਨਸੈਪਟ ਇੱਕ ਚੈਲੰਜ ਸੀ ਬਹੁਤ ਵੱਡਾ ਚੈਲੰਜ ਸੀ ਇਹ ਪਹਿਲਾ ਇਨਸਾਨ ਹੈ ਜਿਹਨੇ ਕਿਹਾ ਭਾਜੀ ਟਾਈਮ ਜਿੰਨਾ ਮਰਜ਼ੀ ਲੱਗ ਜਾਵੇ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਚੀਜ਼ ਪਰਫੈਕਟ ਬਣਨੀ ਚਾਹੀਦੀ ਹੈ ਫਿਜ਼ੀਕਲ ਟ੍ਰਾਂਸਫੋਰਮੇਸ਼ਨ ਸਭ ਤੋਂ ਪਹਿਲਾਂ ਅਸੀਂ ਉਹ ਇੱਕ ਵਿਅਕਤੀ ਨੂੰ ਇੱਕ ਕਮਜ਼ੋਰ ਵਿਅਕਤੀ ਦਿਖਾਉਣਾ ਸੀਗਾ ਹਰਦੀਪ ਇੱਕ ਇੱਦਾਂ ਦਾ ਮੁੰਡਾ ਸੀ ਜਦੋਂ ਅਸੀਂ ਫਸਟ ਟਾਈਮ ਮਿਲੇ ਉਹਦੇ ਜਿੱਥੇ ਮਾਸ ਚਾਹੀਦਾ ਸੀ ਉੱਥੇ ਹੈ ਨਹੀਂ ਸੀ ਅਤੇ ਜਿੱਥੇ ਨਹੀਂ ਚਾਹੀਦਾ ਸੀ ਉੱਥੇ ਸੀਗਾ ਉਹਦੇ ਲਈ ਮੈਨੂੰ ਖੁਦ ਨੂੰ ਆਪਣੇ ਆਪ ਨੂੰ 8 ਤੋਂ 10 ਕਿਲੋ ਘੱਟੋ ਘੱਟ ਵੇਟ ਮੈਨੂੰ ਆਪਣਾ ਲੂਜ਼ ਕਰਨਾ ਪਿਆ ਇਹ ਵੀਡੀਓ ਬੇਸਿਕਲੀ ਇਹ ਹਰੇਕ ਉਹ ਬੰਦੇ ਦੀ ਸਟੋਰੀ ਆ ਜਿਹੜਾ ਕੁਛ ਕਰਨਾ ਚਾਹੁੰਦਾ ਪਰ ਸਿਫਾਰਸ਼ੀ ਬੰਦਿਆਂ ਕਰਕੇ ਪਿੱਛੇ ਰਹਿ ਜਾਂਦਾ ਸਿਫਾਰਸ਼ੀ ਬੰਦੇ ਇੱਕ ਟਾਈਮ 'ਤੇ ਆਪਣੇ 'ਤੇ ਹਾਵੀ ਜ਼ਰੂਰ ਹੋ ਜਾਂਦੇ ਆ ਪਰ ਆਪਾਂ ਆਪਣੇ ਆਪ ਨੂੰ ਇੰਨਾ ਤਕੜਾ ਕਰ ਲਈਏ ਕਿ ਕੱਲ੍ਹ ਨੂੰ ਉਹਨਾਂ ਸਿਫਾਰਸ਼ੀਆਂ ਦੇ ਉੱਤਲੀ ਕੁਰਸੀ 'ਤੇ ਬੈਠੀਏ ਅਤੇ ਫਿਰ ਉਹਨਾਂ ਨੂੰ ਦੱਬੀਏ ਥੱਲੇ ਦੱਬ ਕੇ ਘਰੇ ਨਹੀਂ ਬੈਠਣਾ ਕੁਛ ਕਰਕੇ ਉੱਠਣਾ ਠੋਕਰੀ ਠੋਕਰੀ ਖਾ ਕੇ ਉੱਠੀਏ ਬੱਲਿਆ ਪੈਰ ਪਿੱਛੇ ਨਾ ਪੁੱਟੀਏ ਪਹਿਲਾਂ ਪਹਿਲਾਂ ਕਿਸਮਤ ਨਖਰੇ ਕਰਦੀ ਹੁੰਦੀ ਆ ਪ੍ਰੋਡਕਸ਼ਨ ਵੈਲਿਊ ਜਿਹੜੀ ਇਹ ਵੀਡੀਓ ਦੀ ਹੈਗੀ ਆ ਸਾਡੀਆਂ ਹੁਣ ਤੱਕ ਦੀਆਂ ਸਾਰੀਆਂ ਵੀਡੀਓਜ਼ ਨਾਲ ਹੈਵੀ ਆ ਸੋ ਟੇਕਿੰਗ ਇਹਦੇ ਵਿੱਚ ਬਿਲਕੁਲ ਡਿਫਰੈਂਟ ਆ ਤੁਹਾਨੂੰ ਕਿਸੇ ਨਾਲ ਮੈਚਿੰਗ ਕਰਦੀ ਨਹੀਂ ਲੱਗੂਗੀ ਨਵੇਂ ਤਰੀਕੇ ਨਾਲ ਸਾਰੇ ਸ਼ਾਰਟ ਡਿਜ਼ਾਈਨ ਕੀਤੇ ਕੋਈ ਰੈਗੂਲਰ ਟੇਕਿੰਗ ਨਹੀਂ ਹੈਗੀ ਪੂਰਾ ਫਿਲਮਿੰਗ ਕਨਸੈਪਟ ਆ ਫਿਲਮੀ ਸ਼ੂਟ ਕੀਤਾ ਗਿਆ 7 ਸਕੈਜੂਅਲ ਸਾਡੇ ਜਿਹੜੇ ਲੱਗੇ ਸੀਗੇ ਇਹਦੇ 6 ਮਹੀਨਿਆਂ ਦੇ ਵਿੱਚ ਵਾਰ ਵਾਰ ਸਾਰਾ ਰੀਅਲਿਸਟਿਕ ਸ਼ੂਟ ਹੋਇਆ ਮੇਰੀ ਪਰਸਨਲ ਲਾਈਫ ਮੇਰੀ ਸੋਚ ਮੇਰੀ ਮੈਂਟੈਲਿਟੀ ਇਸ 6 ਮਹੀਨਿਆਂ ਦੇ ਦੌਰਾਨ ਬਹੁਤ ਹੀ ਜ਼ਿਆਦਾ ਚੇਂਜ ਹੋਈ ਪਹਿਲਾ ਇਨਸਾਨ ਇਹੋ ਜਿਹਾ ਜਿਹਨੇ ਇੱਕ ਵੀਡੀਓ ਸੌਂਗ ਲਈ ਇੰਨੀ ਮਿਹਨਤ ਕੀਤੀ ਆ ਇਹ ਗੱਲ ਦੀ ਸਾਡੀ ਸਾਰੀ ਟੀਮ ਵਿਹਲੀ ਜਨਤਾ ਫਿਲਮ ਦੀ ਸਾਰੀ ਟੀਮ ਅਸੀਂ ਇਹ ਗੱਲ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਮਾਲਕ ਦੇ ਵੀ ਹੁਣ ਤੱਕ ਜੋ ਵੀ ਕੰਮ ਕੀਤਾ ਤਾਂ ਇੱਕ ਫੈਕਟਸ 'ਤੇ ਅਸੀਂ ਕੰਮ ਕੀਤਾ ਜਿਹੜਾ ਪੰਜਾਬ ਦਾ ਇੱਕ ਮਾਹੌਲ ਚੱਲ ਰਿਹਾ ਉਹਦੇ ਦੀ ਜਿਹੜੇ ਯੰਗ ਨੇ ਜਿਹੜੇ ਯੂਥ ਆ ਜਿਹੜੀ ਬਹੁਤ ਕੁਛ ਕਰ ਸਕਦੀ ਆ ਪਰ ਉਹ ਘਰੇ ਬੈਠੀਏ ਕੁਛ ਕਰ ਨਹੀਂ ਰਹੀ ਪਰ ਆਪਣੀ ਕੌਮ ਇੱਦਾਂ ਦੀ ਹੈ ਨਹੀਂ ਆਪਾਂ ਗੁਲਾਮੀ ਨਾ ਨਸ਼ੇ ਦੀ ਕਰਨੀ ਆ ਨਾ ਕਿਸੇ ਹੋਰ ਚੀਜ਼ ਦੀ ਕਰਨੀ ਆ ਅਤੇ ਇਹ ਗਾਣੇ ਦੇ ਵਿੱਚ ਇਹੋ ਜਿਹੀ ਜਜ਼ਬਾ ਇੱਕ ਹੈਗਾ ਵੀ ਇਹ ਮੈਂ ਦਾਅਵਾ ਕਰਦਾ ਵੀ ਇਹ ਗਾਣਾ ਦੇਖ ਕੇ ਬਹੁਤ ਯੰਗ ਮੁੰਡਿਆਂ ਨੂੰ ਇੱਕ ਮੋਟੀਵੇਸ਼ਨ ਮਿਲੂਗੀ ਅਤੇ ਜਿਹੜਾ ਸਿਸਟਮ ਆ ਸਿਸਟਮ ਦੇ ਖਿਲਾਫ ਆਪਾਂ ਜੇ ਉੱਠਣਾ ਤਾਂ ਆਪਾਂ ਨੂੰ ਹਥਿਆਰ ਦੀ ਲੋੜ ਘੱਟ ਆ ਵਿੱਦਿਆ ਦੀ ਲੋੜ ਜ਼ਿਆਦਾ ਆ ਮੇਰਾ ਇਹੀ ਮੈਸੇਜ ਜਿਹੜਾ ਹੈਗਾ ਆ ਯੂਥ ਲਈ ਵੀ ਤੁਸੀਂ ਲੜੋ ਅਤੇ ਅੱਗੇ ਵਧੋ ਇਸ 6 ਮਹੀਨੇ ਦੇ ਸ਼ੂਟ ਦੇ ਦੌਰਾਨ ਜਿਹੜਾ ਇੱਕ ਹੋਰ ਇੱਕ ਵੱਡਾ ਚੈਲੰਜ ਮੇਰੇ ਸਾਹਮਣੇ ਸੀ ਉਹ ਇਹ ਸੀ ਕਿ ਮੈਂ ਇੱਕ ਸਟ੍ਰਿਕਟ ਜਿਮ ਸਟ੍ਰਿਕਟ ਡਾਈਟ ਤੋਂ ਇਲਾਵਾ ਆਪਣਾ ਰਿਆਜ਼ ਵੀ ਫੋਲੋ ਕਰਨਾ ਸੀ ਸਵੇਰੇ ਸ਼ਾਮ ਦਾ ਜਿਹੜਾ ਰਿਆਜ਼ ਮੇਰਾ ਉਹ ਨਹੀਂ ਸੀ ਮੈਂ ਮਿਸ ਕਰਨਾ ਚਾਹੁੰਦਾ ਕਿਉਂਕਿ ਉਹਦਾ ਆਡੀਓ 'ਤੇ ਬਹੁਤ ਇਫੈਕਟ ਪੈਣਾ ਸੀ ਅਸੀਂ ਪੰਜਾਬ ਨੂੰ ਇੱਕ ਨਵੇਂ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਅਤੇ ਤੁਸੀਂ ਇਸ ਚੀਜ਼ ਨੂੰ ਵੀ ਐਪਰੀਸ਼ੀਏਟ ਕਰੋਗੇ ਲਾਈਕ ਕਰੋਗੇ ਮੈਨੂੰ ਪੂਰੀ ਉਮੀਦ ਆ ਉਮੀਦ ਆ ਤੁਹਾਨੂੰ ਸਾਰੇ ਗੀਤ ਹੋਰ ਵੀ ਪਸੰਦ ਆਉਣਗੇ ਵੀਡੀਓ ਵੀ ਤੁਹਾਨੂੰ ਪਸੰਦ ਆਊਗਾ ਧੰਨਵਾਦ ਠੋਕਰੀ ਠੋਕਰੀ ਖਾ ਕੇ ਉੱਠੀਏ ਬੱਲਿਆ ਪੈਰ ਪਿੱਛੇ ਨਾ ਪੁੱਟੀਏ ਠੋਕਰੀ ਠੋਕਰੀ ਖਾ ਕੇ ਉੱਠੀਏ ਬੱਲਿਆ ਪੈਰ ਪਿੱਛੇ ਨਾ ਪੁੱਟੀਏ ਪਹਿਲਾਂ ਪਹਿਲਾਂ ਕਿਸਮਤ ਨਖਰੇ ਕਰਦੀ ਹੁੰਦੀ ਆ
ਇੱਕ ਲੋਕਾਂ